ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਕਨੀਕੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਸਿੱਖਿਆ ਸੁਧਾਰ ਕਰਨ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਹੈ ਕਿ ਤਕਨੀਕੀ ਸਿੱਖਿਆ ਦੀਆਂ ਪ੍ਰੀਖਿਆਵਾਂ ਵਿੱਚ ਨਕਲ ਦਾ ਮੁਕੰਮਲ ਖਾਤਮਾ ਕਰਨ ਦੇ ਲਈ ਸੀਸੀਟੀਵੀ ਕੈਮਰਿਆਂ ਦਾ ਸਹਾਰਾ ਲਿਆ ਜਾਵੇਗਾ। ਇਸ ਤੋਂ ਇਲਾਵਾ ਚੰਨੀ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਪੇਪਰ ਆਨਲਾਈਨ ਨਸ਼ਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਿੱਜੀ ਤੇ ਸਰਕਾਰੀ ਤਕਨੀਕੀ ਸਿੱਖਿਆ ਦੇ ਕਾਲਜਾਂ ਦੇ ਆਡਿਟ ਦੀ ਪ੍ਰਕਿਰਿਆ ਵੀ ਜਲਦ ਹੀ ਸ਼ੁਰੂ ਹੋਵੇਗੀ। ਅਸੀਂ ਆਪਣੇ ਜਿੰਨੀਆਂ ITIs ਹੈ, ਜਿੰਨੇ ਪੋਲੀਟੈਕਨਿਕ ਕਾਲਜ ਹੈ, ਚਾਹੇ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ, ਉਹਨਾਂ ਦਾ ਇੱਕ ਆਡਿਟ ਕਰਾਉਣ ਜਾ ਰਹੇ ਹਾਂ। ਐਡਮਿਨਿਸਟ੍ਰੇਟਿਵ ਆਰਡਰ ਅਤੇ ਅਕੈਡਮਿਕ ਆਡਿਟ, ਜਿਹਦੇ ਵਿੱਚ ਅਸੀਂ ਉਹਨਾਂ ਦਾ ਸਾਰਾ ਸਿਸਟਮ ਚੈੱਕ ਕਰਾਂਗੇ, ਕਿਸ ਤਰੀਕੇ ਦੇ ਨਾਲ ਬੱਚੇ ਕਿੰਨੇ ਦਾਖਲ ਹੁੰਦੇ ਆ, ਕਿਸ ਤਰ੍ਹਾਂ ਉਹ ਨੰਬਰ ਲਗਾਉਂਦੇ ਆ, ਬਾਹਰ ਕਿੰਨੇ ਜਾ ਕੇ ਪੜ੍ਹਦੇ ਆ, ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਕਿ ਨਹੀਂ ਹੁੰਦੀ ਹੈ, ਹਰ ਸਿਸਟਮ ਨੂੰ ਚੈੱਕ ਕਰਕੇ ਇੱਕ ਆਡਿਟ ਕਰਾਇਆ ਜਾਏਗਾ। ਅਤੇ ਜਿਹੜੀਆਂ ਉੱਥੇ ਕਮੀਆਂ ਪਾਈਆਂ ਜਾਣਗੀਆਂ ਉਹਨਾਂ ਨੂੰ ਇੱਕ ਮਹੀਨਾ ਅਸੀਂ ਦੇਵਾਂਗੇ ਠੀਕ ਕਰਨ ਦਾ। ਜਿਹੜੇ ਨਹੀਂ ਠੀਕ ਕਰਨਗੇ ਉਹਨਾਂ ਦਾ ਆਉਣ ਵਾਲੇ ਸਾਲ ਦੇ ਵਿੱਚ ਐਡਮਿਸ਼ਨ ਨਹੀਂ ਹੋਏਗੀ। ਇਸੇ ਤਰ੍ਹਾਂ ਅਸੀਂ ਐਗਜ਼ਾਮੀਨੇਸ਼ਨ ਸਿਸਟਮ ਨੂੰ ਬਹੁਤ ਵਧੀਆ ਬਣਾ ਰਹੇ ਹਾਂ, ਉਹਦੇ ਵਿੱਚ CCTV ਕੈਮਰੇ, ਅਤੇ ਜਿਹੜੀ ਬੱਚਾ ਪੇਪਰ ਦਏਗਾ ਉਹ ਪੇਪਰ ਵੀ ਨੈੱਟ 'ਤੇ ਪਾ ਦਿੱਤਾ ਜਾਏਗਾ ਕੱਟਣ ਤੋਂ ਬਾਅਦ। ਸੋ ਬੜੇ ਰਿਫੋਰਮਸ ਲੈ ਕੇ ਆ ਰਹੇ ਹਾਂ ਅਸੀਂ ਇਸ ਟੈਕਨੀਕਲ ਐਜੂਕੇਸ਼ਨ ਦੇ ਵਿੱਚ, ਤਾਂ ਕਿ ਅਸੀਂ ਕੁਆਲਿਟੀ ਐਜੂਕੇਸ਼ਨ ਹੈ ਜਿਹੜੀ ਉਹ ਬੱਚਿਆਂ ਨੂੰ ਮੁਹੱਈਆ ਕਰਾ ਸਕੀਏ।